ਪਟਿਆਲਾ ਦੇ ਸਰਕਾਰੀ ਰਜਿੰਦਰ ਹਸਪਤਾਲ ਦੇ ਨੇੜੇ ਇੱਕ ਮੈਡੀਕਲ ਲੈਬੋਰਟਰੀ ਵਿੱਚ ਅਚਾਨਕ ਅੱਗ ਲੱਗਣ ਕਾਰਨ ਹਫੜਾ ਦਫੜੀ ਮੱਚ ਗਈ। ਆਏ ਹੋਏ ਮਰੀਜ਼ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਰਸਤਾ ਨਾ ਮਿਲਦੇ ਵੇਖ ਸ਼ੀਸ਼ੇ ਤੋੜ ਕੇ ਆਪਣੀ ਜਾਨ ਬਚਾਈ। ਫਾਇਰ ਬ੍ਰਿਗੇਡ ਨੇ ਮੌਕੇ ਉੱਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ, ਪਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਮਿਲੀ ਜਾਣਕਾਰੀ ਮੁਤਾਬਕ ਅੱਗ ਲੱਗਣ ਤੋਂ ਤੁਰੰਤ ਬਾਅਦ ਲੈਬ ਵਿੱਚੋਂ ਧੂੰਏ ਦਾ ਗੁਬਾਰ ਬਣ ਗਿਆ, ਜਿਸ ਕਾਰਨ ਉੱਥੇ ਮੌਜੂਦ ਲੋਕਾਂ ਵਿੱਚ ਖੌਫ ਦਾ ਮਾਹੌਲ ਬਣ ਗਿਆ। ਲੋਕਾਂ ਦਾ ਕਹਿਣਾ ਕਿ ਲੈਬ ਵਿੱਚ ਕੋਈ ਵੀ ਫਾਇਰ ਸਿਸਟਮ ਲੱਗੇ ਨਾ ਹੋਣ ਕਾਰਨ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਧੂੰਏ ਕਾਰਨ ਇੱਕ ਵਿਅਕਤੀ ਬੇਹੋਸ਼ ਵੀ ਹੋ ਗਿਆ। ਮੇਰਾ ਨਾਮ ਵੀਰੇ ਪ੍ਰਿਤਪਾਲ ਸਿੰਘ ਹੈ। ਮੈਂ ਐਡਮਿਟ ਸੀ, ਮੈਂ ਮੇਰੀ ਮਾਤਾ ਨੂੰ ਲੈ ਕੇ ਆਇਆ ਸੀ ਸਿਟੀ ਸਕੈਨ ਕਰਾਉਣ ਵਾਸਤੇ। ਇੱਥੇ ਪਤਾ ਨਹੀਂ ਨੀਚੋਂ ਕਿਵੇਂ ਧੂੰਆਂ ਜਿਹਾ ਨਿਕਲਿਆ, ਕੋਈ ਅੱਗ ਜਿਹੀ ਲੱਗੀ ਆ। ਇਹਨਾਂ ਕੋਲ ਕੋਈ ਹੂਟਰ ਵਾਸਤੇ ਕੁਛ ਨਹੀਂ, ਸਾਨੂੰ ਪਤਾ ਲੱਗਿਆ ਹੈ ਕੀ ਹੋਇਆ। ਅਸੀਂ ਅੰਦਰ ਹੀ ਬੰਦ ਹੋ ਗਏ ਸੀਗੇ, ਸ਼ੀਸ਼ੇ ਭੰਨ ਕੇ ਅਸੀਂ ਬਾਹਰ ਨਿਕਲੇ। ਕੋਈ ਇਹਨਾਂ ਕੋਲ ਅੱਗ ਬੁਝਾਉਣ ਵਾਲਾ ਸਿਸਟਮ ਨਹੀਂ ਸੀਗਾ, ਕੁਛ ਨਹੀਂ ਸੀਗਾ ਇਹਨਾਂ ਕੋਲ। ਤਾਂ ਮੈਂ ਤਾਂ ਬੇਹੋਸ਼ ਹੋ ਕੇ ਗਿਰ ਗਿਆ ਸੀਗਾ, ਨਾਲ ਵਾਲੇ ਮੁੰਡੇ ਨੇ ਤੋੜਿਆ ਹੈਗਾ। ਉਹਨਾਂ ਕੋਲ ਕੁਛ ਨਹੀਂ ਸੀਗਾ ਜੀ, ਇੱਕ ਲੈਬ ਦਾ ਮੁੰਡਾ ਸੀ। ਅਸੀਂ ਉਹਨੂੰ ਕਿਹਾ ਵੀ ਸਾਨੂੰ ਬਾਹਰ ਕੱਢ ਕੇ ਤੋਂ, ਜਿੱਥੋਂ ਰਸਤਾ ਹੈਗਾ ਬਾਹਰ ਕੱਢ ਦੇ। ਉਹ ਵੀ ਅੰਦਰ ਬੰਦਲ ਗਿਆ ਜੀ, ਉਹਨੂੰ ਕੁਛ ਨਹੀਂ ਪਤਾ ਲੱਗਿਆ ਜੀ ਮੈਂ ਕਿੱਥੋਂ ਨਿਕਲਾਂ ਕਿੱਥੋਂ ਨਾ ਨਿਕਲਾਂ। ਸ਼ੀਸ਼ਾ ਟੁੱਟਿਆ ਤਾਂ ਅਸੀਂ ਬਾਹਰ ਨਿਕਲੇ ਜੀ। ਅਸੀਂ ਮੋਟਰਨ ਜਿਹੜਾ ਹੈਗਾ ਇੱਥੇ ਸਿਟੀ ਸਕੈਨ ਸੈਂਟਰ ਪਟਿਆਲੇ, ਉੱਥੇ ਆਏ ਸੀਗੇ ਅਤੇ ਉੱਥੇ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਉਹਨਾਂ ਨੇ ਸਾਨੂੰ ਕੋਈ ਕੱਢਣ ਕੁੱਢਣ ਬਾਰੇ ਜਾਂ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਹੈਗੀ। ਨਾ ਕਿ ਅੱਗ ਬੁਝਾਉਣ ਵਾਸਤੇ ਉਹਨਾਂ ਕੋਲ ਕੋਈ ਸਾਧਨ ਸੀ। ਅਸੀਂ ਸ਼ੀਸ਼ਾ ਬਾਹਰ ਤੋੜ ਕੇ ਬਾਹਰ ਨਿਕਲੇ ਹਾਂ। ਉਹ ਤੋਂ ਬਾਅਦ ਬਹੁਤ ਮੁਸ਼ਕਿਲ ਦੇ ਨਾਲ ਅਸੀਂ ਸੱਟਾਂ ਵਗੈਰਾ ਵੀ ਵੱਜੀਆਂ। ਉੱਧਰ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਲੈਬੋਰਟਰੀ ਵਿੱਚ ਫਾਇਰ ਸਿਸਟਮ ਨਾ ਹੋਣ ਕਰਕੇ ਇੱਥੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਇਹ ਮਾਡਰਨ ਲੈਬੋਰਟਰੀ ਹੈ ਜੀ ਆਪਣੇ ਰਜਿੰਦਰਾ ਹਸਪੀਟਲ ਦੇ ਪਿਛਲੇ ਪਾਸੇ। ਇੱਥੇ ਅਚਾਨਕ ਅੱਗ ਲੱਗ ਗਈ ਅਤੇ ਕਾਫੀ ਨੁਕਸਾਨ ਹੋ ਗਿਆ। ਤਿੰਨ ਚਾਰ ਬੰਦੇ ਸੀ ਉਹ ਉੱਪਰੋਂ ਲਾਹੇ ਵਿੱਚ ਫਸੇ ਹੋਏ ਸੀ, ਉਹਨਾਂ ਨੂੰ ਲਾਹ ਕੇ ਫਿਰ ਅੱਗ ਨੂੰ ਬੁਝਾਇਆ ਜੀ। ਬਹੁਤ ਔਖਾ ਮਤਲਬ ਅਸੀਂ ਅੱਗ ਨੂੰ ਕਾਬੂ, ਸ਼ੀਸ਼ਾ ਤੋੜ ਕੇ ਉੱਪਰੋਂ ਛੱਤ ਤੋੜ ਕੇ ਫਿਰ ਬੰਦਿਆਂ ਨੂੰ ਕੱਢਿਆ ਜੀ। ਅਰੇਂਜਮੈਂਟ ਕੋਈ ਨਹੀਂ ਹੈਗਾ ਜੀ ਇਹਨਾਂ ਦਾ, ਫਾਇਰ ਸੇਫਟੀ ਦਾ ਅਰੇਂਜਮੈਂਟ ਕੋਈ ਨਹੀਂ ਹੈਗਾ। ਇਹ ਤਾਂ ਜੀ ਅਜੇ ਤੱਕ ਨਹੀਂ ਪਤਾ ਲੱਗਿਆ ਖੈਰ ਇਸ ਗੱਲ ਦਾ, ਅਤੇ ਚਲੋ ਫਿਰ ਵੀ ਇਸ ਦਾ ਗੱਲ ਦਾ ਪਤਾ ਕਰਾਂ ਵੀ ਕੀ ਕਾਰਨ ਹੋ ਸਕਦਾ। ਪਟਿਆਲਾ ਤੋਂ ਹਰਵਿੰਦਰ ਸਿੰਘ ਕੁੱਕੂ, ਸਪੋਕਸਮੈਨ ਟੀਵੀ।